ਇਹਦੀ ਉਮਰ 18 ਸਾਲ ਤੋਂ ਥੋੜਾ ਜਿਹਾ ਕੁਛ 4 ਮਹੀਨੇ ਉੱਪਰ ਹੋਵੇਗੀ। ਤੇ ਕੀ ਘਟਨਾ ਵਾਪਰੀ ਹੋਈ? ਘਟਨਾ ਜੀ, ਇਹ ਖੇਡਦੀ ਖੇਡਦੀ ਇਹਨੂੰ ਸੱਟ ਲੱਗ ਗਈ, ਰੀੜ ਦੀ ਹੱਡੀ 'ਤੇ ਸੱਟ ਲੱਗ ਗਈ। ਅਤੇ ਇਲਾਜ ਬੜਾ ਕਰਾਇਆ ਅਸੀਂ, ਪਹਿਲਾਂ ਤਾਂ ਸਾਨੂੰ ਪਤਾ ਨਹੀਂ ਲੱਗਾ, ਬਾਅਦ 'ਚ ਸਾਨੂੰ ਪਤਾ ਲੱਗਾ ਵੀ ਇਹਨੂੰ ਕੈਂਸਰ ਹੋ ਗਈ। ਫਿਰ ਸਾਡਾ ਅੰਮ੍ਰਿਤਸਰ ਵੱਲੇ ਵੇਰਕੇ ਇਲਾਜ ਚੱਲਦਾ ਰਿਹਾ, ਤੇ ਉਦੋਂ ਬਾਅਦ ਕੱਲ੍ਹ ਫਿਰ ਇਹਨਾਂ ਦੀ ਡੈਥ ਹੋ ਗਈ 5.5 ਮਹੀਨਿਆਂ ਬਾਅਦ। ਹਾਂਜੀ, ਕਿੰਨੇ ਕਿੰਨੇ ਮਤਲਬ ਕਿ ਇਲਾਜ ਵਾਸਤੇ ਕੋਈ ਅੱਗੇ ਵੀ ਆਇਆ ਕਿ ਜਾਂ ਤੁਸੀਂ ਇਲਾਜ ਕਰਾਉਂਦੇ ਰਹੇ? ਨਹੀਂ, ਆਪ ਹੀ ਖੁਦ ਹੀ ਇਲਾਜ ਕਰਾਉਣਾ, ਕਿਸੇ ਨੇ ਕੋਈ ਮਾਲੀ ਸਹਾਇਤਾ ਕੋਈ ਸਾਨੂੰ ਕਿਸੇ ਨੇ ਆਵਾਜ਼ ਵੀ ਨਹੀਂ ਮਾਰੀ ਸਾਨੂੰ। ਹਾਂ ਜੀ, ਮਤਲਬ ਕਿ ਕਿਹੜੇ ਕਿਹੜੇ ਲੈਵਲ ਤੇ ਖੇਡ ਚੁੱਕੇ ਗਏ, ਕੀ ਕੀ ਮੈਡਲ ਮਿਲੇ ਇਹਨਾਂ ਨੂੰ? ਇਹਨੂੰ ਜੀ 3 ਸਟੇਟ ਦੇ ਮਿਲੇ ਆ ਮੈਡਲ, ਹੋਰ ਵੀ ਬੜੇ ਨੇ ਮੈਡਲ ਇਹਦੇ ਕੋਲ ਨੇ। ਕਿਹੜੀ ਕਿਹੜੀ ਖੇਡਾਂ ਵਿੱਚ ਬਾਕੀ ਖੇਡਦੇ? ਇਹ 1500 ਮੀਟਰ ਦੌੜ ਸੀ ਅਥਲੈਟਿਕ ਦੀ, 3000 ਮੀਟਰ ਸੀ, 3000 ਤੇ ਪਹਿਲੇ ਨੰਬਰ ਤੇ ਆਈ, 1500 ਤੇ ਵੀ ਦੂਜੇ ਨੰਬਰ ਤੇ ਆਈ ਹੈ। ਬੜੀ ਤਾਈ ਖੇਡ ਕੇ ਆਈ, ਬਹੁਤ ਵਧੀਆ ਖੇਡਦੀ ਸਰ। ਕੀ ਮਤਲਬ ਕਿ ਕੈਂਸਰ ਦਾ ਹੀ ਸਮੇਂ ਦੇ ਕੈਂਸਰ ਦਾ ਕਿ ਡੈਥ ਹੋਈ ਕਿ ਹੋਰ ਕੋਈ ਕਾਰਨ ਸੀ? ਨਹੀਂ ਜੀ, ਕੈਂਸਰ ਨਹੀਂ ਸਰ, ਵੀ ਡੈਥ ਤਾਂ ਕੈਂਸਰ ਨਾਲ ਹੀ। ਇੱਕ ਬਹੁਤ ਚੰਗੀ ਕੁੜੀ ਹੈ ਤੇ ਬਹੁਤ ਵਧੀਆ ਖੇਡਦੀ ਰਹੀ ਹੈ, ਤੇ ਸਰਕਾਰ ਨੂੰ ਚਾਹੀਦਾ ਨੂੰ ਉਹਨਾਂ ਦੀ ਮਦਦ ਕਰਨ, ਉਹਨਾਂ ਨੂੰ ਜੋ ਹੋ ਸਕੇ, ਕਿਸੇ ਨੇ ਕਿਸੇ ਇਲਾਜ ਵਿੱਚ ਉਹਨਾਂ ਦੀ ਮਦਦ ਨਹੀਂ ਕੀਤੀ ਹੋਈ ਸਰਕਾਰ ਨੇ, ਹੁਣ ਚਾਹੀਦਾ ਕਿ ਉਹਨਾਂ ਦੀ ਮਦਦ ਕਰਨ, ਗਰੀਬ ਪਰਿਵਾਰ ਨੂੰ ਕੁਝ ਦੇਣ। ਸਟੇਟ ਲੈਵਲ ਤੇ ਖੇਡੇ ਨੇ, ਇੰਟਰਨੈਸ਼ਨਲ ਲੈਵਲ ਤੇ ਖੇਡੇ ਨੇ, ਫਸਟ ਫਸਟ ਪੋਜੀਸ਼ਨ ਤੇ ਆਉਂਦੇ ਰਹੇ ਨੇ, ਸੈਕਿੰਡ ਪੋਜੀਸ਼ਨ ਤੇ ਆਉਂਦੇ ਰਹੇ ਨੇ, ਹੋਰ ਕਬੱਡੀ ਵਿੱਚ ਵੀ ਬਹੁਤ ਵਧੀਆ ਸੀ। ਕਿਹੜੀ ਕਿਹੜੀ ਖੇਡਾਂ ਵਿੱਚ ਦਿਲਚਸਪੀ ਰੱਖਦੇ ਸੀ? ਇਹ ਐਥਲੈਟਿਕਸ ਵਿੱਚ ਤੇ ਕਬੱਡੀ ਵਿੱਚ, ਦੋਵਾਂ ਵਿੱਚ ਬਹੁਤ ਵਧੀਆ ਖੇਡਦੀ ਰਹੀ ਉਹ। ਤੇ ਕੀ ਮਤਲਬ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ? ਉਹਨਾਂ ਦੀ ਕੈਂਸਰ ਹੋ ਗਈ, ਸੱਟ ਲੱਗੀ ਸੀ ਖੇਡਦੇ ਵਕਤ, ਤੇ ਫਿਰ ਕੈਂਸਰ ਹੋ ਗਈ। ਮੇਰਾ ਨਾਂ ਕਸ਼ਮੀਰ ਕੌਰ ਗੁੱਡੀ, ਮੇਰੀ ਨਾਂ ਕੁਲਵਿੰਦਰ ਕੌਰ। ਇਸ ਤਰ੍ਹਾਂ ਹੀ ਢਿੱਲੀ ਹੋ ਗਈ, 2-4 ਮਹੀਨੇ ਹੋ ਗਏ, ਇਸ ਤਰ੍ਹਾਂ ਹੀ ਇਲਾਜ ਕਰਾਉਂਦੇ ਰਹੇ ਆਪਦੇ ਕੋਲੋਂ ਹੀ, ਅਤੇ ਹੋਰ ਸਾਨੂੰ ਕਿਸੇ ਸਹੂਲਤ ਨਹੀਂ ਦਿੱਤੀ ਕਿਸੇ ਰਕਮ ਦੀ ਵੀ। ਕੈਂਸਰ ਹੋ ਗਈ, ਲੱਕ ਦੀ ਲੀਡ ਦੀ ਹੱਟੀ 'ਤੇ ਸੱਟ ਲੱਗ ਗਈ, ਖੇਡਦਾ ਖੇਡਦਾ। ਖੰਡਾਰਨ ਬਹੁਤ ਜ਼ਿਆਦਾ ਵਧੀਆ ਸੀ, ਜਿਹਨੂੰ ਮਰਜ਼ੀ ਪੁੱਛ ਸਕਦੇ, ਸਾਰਿਆਂ ਨੂੰ ਅੱਗੇ ਸੀ ਕੁੜੀਆਂ ਨੇ ਬਹੁਤ, ਇਹਨੇ ਆਖਣਾ ਵੀ ਤੂੰ ਅੱਗੇ ਕਿੰਦਰੇ ਲੱਗੇਗੀ ਤੇ ਫਿਰ ਅਸੀਂ ਖੇਡਣਾ, ਉਹਨੇ ਨਹੀਂ ਕਿਸੇ ਗੱਲੋਂ ਵੀ ਝੱਗਦੀ, ਬਹੁਤ ਸੋਹਣਾ ਖੇਡਦੀ ਹੁੰਦੀ ਸੀ। ਅਸੀਂ ਤਾਂ ਘਰ ਦਾ ਹੀ ਮਾੜਾ ਮੋਟਾ ਕੰਮ ਧੰਦਾ ਜਿਹੜਾ ਕਰਦੇ ਹਾਂ, ਮੰਗ ਕਰਦੇ, ਮੰਗ ਸਾਡੀ ਇਹ ਸਰਕਾਰ ਸਾਡੀ ਮਦਦ ਕਰੇ, ਕੋਈ ਨੌਕਰੀ ਦੇ ਜਾਂ। ਸਾਡੀ ਇੱਕ ਬੇਟੀ ਆ ਤੇ ਇੱਕ ਬੇਟਾ, ਜਿਹੜਾ ਬੇਟਾ ਉਹ ਵੀ ਠੀਕ ਨਹੀਂ ਰਹਿੰਦਾ,